ਸਤਿ ਸ੍ਰੀ ਅਕਾਲ ਜੀ ਕੀ ਹਾਲ ਦੋਸਤੋ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਦੋਸਤੋ ਬਹੁਤ ਹੀ ਟਾਈਮ ਬਾਅਦ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਵੀ ਦੋਸਤੋ ਖਤਰਨਾਕ ਲਿਆਂਦੀ ਤੁਹਾਡੇ ਲਈ ਵਧੀਆ ਲਿਆਂਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀਡੀਓ ਦੋਸਤੋ ਅੱਜ ਅਸੀਂ ਲਿਆਂਦੀ ਹੈ ਤੁਹਾਡੇ ਵਾਸਤੇ ਬਰਫ਼ ਥੈਲੇ 'ਚ ਪਾ ਕੇ ਦੋਸਤੋ ਤੁਹਾਨੂੰ ਬਰਫ਼ ਦਿਖਾਉਂਦੇ ਹਾਂ ਦੋਸਤੋ ਕੁਛ ਲੋਕ ਇਸ ਬਰਫ਼ ਬਾਰੇ ਜਾਣਦੇ ਆ ਕੁਛ ਲੋਕ ਇਸ ਬਰਫ਼ ਬਾਰੇ ਨਹੀਂ ਜਾਣਦੇ ਦੋਸਤੋ ਇਹ ਕੋਈ ਨੋਰਮਲ ਬਰਫ਼ ਨਹੀਂ ਹੈਗੀ ਜਿਹੜੀ ਘਰਾਂ ਦੇ ਵਿੱਚ ਹੁੰਦੀ ਹੈ ਉਹ ਬਰਫ਼ ਨਹੀਂ ਹੈਗੀ ਇਹ ਤੁਹਾਨੂੰ ਪਤਾ ਗੇਮ ਚੇਂਜਰ ਆ ਮੈਂ ਤੁਹਾਡੀ ਸਪੈਸ਼ਲ ਚੀਜ਼ ਲਿਆਵਾਂ ਤੁਹਾਡੇ ਲਈ ਕੋਈ ਲਓ ਜੀ ਦੋਸਤੋ ਪੈਕਿੰਗ ਦੇਖੋ ਇਹਦੀ ਇਹਦੇ ਵਿੱਚ ਇੱਕ ਹੋਰ ਲਿਫਾਫਾ ਜ਼ਬਰਦਸਤ ਪੈਕਿੰਗ ਦੇ ਨਾਲ ਅਨਬੋਕਸਿੰਗ ਆਪਾਂ ਜੀ ਕਰ ਲਈ ਆ ਇੱਕ ਹੋਰ ਲਿਫਾਫਾ ਲਓ ਜੀ ਇੱਕ ਹੋਰ ਲਿਫਾਫਾ ਭੈਣ ਜੀ ਅੰਦਰ ਗੱਲ ਕਰਤਾ ਲਫੇਰਾ ਬਾਜੋ ਮੂੰਹ ਤੇ ਹਾਏ 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 ਠੰਡਕ ਠੰਡਕ ਆਉਣ ਲੱਗੀ ਲਓ ਜੀ ਇੱਕ ਕਹਾ ਕੇ ਜਾ ਕੇ ਹੋਰ ਅਖਬਾਰਾਂ ਆਹ ਦੇਖੋ ਦੋਸਤੋ ਇੱਥੋਂ ਨਿਕਲਿਆ ਕੈਲਾਸ਼ ਪਰਬਤ ਵਾਹ ਜੀ ਵਾਹ ਆਹ ਦੇਖੋ ਦੋਸਤੋ ਇਹ ਆ ਦੋਸਤੋ ਬਰਫ਼ ਸਪੈਸ਼ਲ ਬਰਫ਼ ਅਤੇ ਸਭ ਤੋਂ ਮਹਿੰਗੀ ਬਰਫ਼ ਇਹਨੂੰ ਦੋਸਤੋ ਬਾਹਰ ਕੱਢਣ ਗਲਾਵਜ਼ ਪਾ ਲੈਂਦੇ ਹਾਂ ਇਹ ਥੋੜ੍ਹੀ ਜਿਹੀ ਬਰਫ਼ ਖਤਰਨਾਕ ਆ ਨੋਰਮਲ ਨਾਲੋਂ ਦੋਸਤੋ ਇਹਦਾ ਟੈਂਪਰੇਚਰ -76 ਡਿਗਰੀ ਹੁੰਦਾ ਆ ਨੋਰਮਲ ਬਰਫ਼ ਜਿਹੜੀ ਸਾਡੀ ਬਣਦੀ ਦੋਸਤੋ ਆਕਸੀਜਨ ਤੋਂ ਬਣਦੀ ਪਾਣੀ ਆਕਸੀਜਨ ਨਾਲ ਪਰ ਇਹ ਸਪੈਸ਼ਲ ਆ ਇਹ ਕਾਰਬਨ ਡਾਈਆਕਸਾਈਡ ਨਾਲ ਬਣਦੀ ਆ ਦੋਸਤੋ ਇੱਕ ਇਹਦੀ ਹੋਰ ਖੂਬੀ ਆ ਇਹ ਬਰਫ਼ ਖੁਰਦੀ ਨਹੀਂ ਹੈਗੀ ਇਹ ਉੱਡਦੀ ਆ ਪੈਟਰੋਲ ਵਾਂਗੂ ਜਿੱਦਾਂ ਪੈਟਰੋਲ ਡੀਜ਼ਲ ਉੱਡਦਾ ਨਾ ਡੀਜ਼ਲ ਦਾ ਘੱਟ ਉੱਡਦਾ ਪੈਟਰੋਲ ਉੱਡਦਾ ਉਸੇ ਤਰ੍ਹਾਂ ਇਹ ਉੱਡਦੀ ਆ ਲਓ ਜੀ ਇਹਨੂੰ ਪਹਿਲਾਂ ਤੋੜ ਲੈਂਦੇ ਹਾਂ ਫੇਰ ਤੁਹਾਨੂੰ ਦਿਖਾਉਂਦੇ ਹਾਂ ਤੇਰੀ ਮਾਈਕ ਆਈ ਹੈ ਕੰਟਰੋਲ ਕੰਟਰੋਲ ਲਓ ਦੇਖੋ ਬਰਫ਼ ਜੀ ਤੁਸੀਂ ਇਹਨੂੰ ਕਰਦੇ ਹਾਂ ਉਹ ਜੀ ਦੋਸਤੋ ਇਹ ਹੈਗੀ ਆਪਣੀ ਡਰਾਈ ਆਈਸ ਦੋਸਤੋ ਇਹ ਜ਼ਿਆਦਾਤਰ ਸਾਇੰਸ ਦੇ ਪ੍ਰੋਡਕਟਾਂ ਦੇ ਮੈਡੀਕਲ ਸਾਇੰਸ ਦੇ ਵਿੱਚ ਯੂਜ਼ ਹੁੰਦੀ ਇਹ ਵਾਲੀ ਚੀਜ਼ ਜਾਂ ਦੋਸਤੋ ਅੱਜ ਕੱਲ੍ਹ ਤੁਸੀਂ ਵਿਆਹਾਂ ਦੇ ਵਿੱਚ ਦੇਖਿਆ ਹੋਣਾ ਡੀਜ਼ਲ ਵਾਲੇ ਸਮੋਕ ਜੀ ਕਰਦੇ ਨਾ ਉਹ ਘਾਗਰਾਈਆਂ ਦੇ ਵਿੱਚ ਪਾ ਕੇ ਇਹ ਉਹ ਚੀਜ਼ ਆ ਦੋਸਤੋ ਉਸ ਕੰਮ ਵਾਲੇ ਵਰਤਦੇ ਆ ਇੱਕ ਚੀਜ਼ ਇਹ ਪਾਣੀ ਨਹੀਂ ਠੰਡ ਦਿਖਾਉਣਾ ਹੈ ਦੋਸਤੋ ਇਹ ਵਾਲੀ ਚੀਜ਼ ਵੀ ਪਾਣੀ ਨਾਲ ਰਿਐਕਸ਼ਨ ਕਰਦੀ ਹੈ ਜਿੱਦਾਂ ਸੋਡੀਅਮ ਕਰਦਾ ਨਾ ਸੋਡੀਅਮ ਮੈਟਲ ਪਾਣੀ ਦੇ ਨਾਲ ਰਿਐਕਟ ਹੁੰਦਾ ਇਹ ਵੀ ਪਾਣੀ ਨਾਲ ਰਿਐਕਟ ਕਰਦੀ ਆ ਹਿੰਦ ਪਾਣੀ ਨਾਲ ਆਪਾਂ ਨੂੰ ਇਕੱਠੇ ਨਹੀਂ ਰੱਖ ਸਕਦੇ ਦੋਸਤੋ ਤੁਸੀਂ ਕੁਦਰਤੀ ਚੀਜ਼ਾਂ ਦੇਖੋ ਕਿੱਦਾਂ ਦੀ ਹੈ ਇਹ ਜਿਹੜੀ ਗੈਸ ਆ ਸਾਡੇ ਸਰੀਰ ਵਾਸਤੇ ਸਹੀ ਨਹੀਂ ਹੁੰਦੀ ਕਾਰਬਨ ਡਾਈਆਕਸਾਈਡ ਇਹ ਅਸੀਂ ਛੱਡਦੇ ਹਾਂ ਆਕਸੀਜਨ ਲੈਂਦੇ ਹਾਂ ਇਹ ਉਹ ਚੀਜ਼ ਆ ਜਿਹਨਾਂ ਹੀ ਛੱਡਦੇ ਹਾਂ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਉੱਦਾਂ ਨੋਰਮਲ ਹੱਥਾਂ ਦੇ ਆਪ ਦੋਸਤੋ ਆਪਾਂ ਰੱਖ ਨਹੀਂ ਸਕਦੇ ਨੇ ਹੱਥ ਜਾਲ ਦੇਣਾ ਸਾਡਾ ਹੈਗੀ ਠੰਡੀ ਵਾਰ ਇਹਨੇ ਹੱਥ ਜਾਲ ਦੇਣਾ ਤਾਂ ਦੇਖੋ ਦੋਸਤੋ ਦੀ ਸਭ ਤੋਂ ਸਪੈਸ਼ਲ ਗੱਲ ਇਹ ਆ ਇਹ ਦੇਖੋ ਖੁਰ ਨਹੀਂ ਰਹੀ ਇਹ ਖੁਰ ਨਹੀਂ ਹੈਗੀ ਦੋਸਤੋ ਇਹ ਉੱਡਣੀ ਆ ਇਹ ਆਹ ਦੇਖੋ ਕਿਤੇ ਵੀ ਪਾਣੀ ਦਾ ਦੂਜਾ ਨਹੀਂ ਹੈਗਾ ਇਹ ਖੁਰ ਨਹੀਂ ਰਹੀ ਇਹ ਸਿਰਫ ਹੈਗੀ ਉੱਡਣੀ ਐ ਧੰਨ ਧੰਨ ਗਲਾਸ ਦੀ ਠੰਡੇ ਕਰਤੇ ਹੱਥ ਇਹਨੂੰ ਉਹ ਤਾਂ ਹੁਣ ਤੁਹਾਨੂੰ ਨੋਰਮਲ ਪਾਣੀ ਦੇ ਵਿੱਚ ਸਿੱਟ ਕੇ ਦਿਖਾਉਂਦੇ ਆ ਇਹ ਦੇਖਿਓ ਦੇਖੋ ਜੀ ਬੁੱਲ ਬੁੱਲੇ ਜਿੱਦਾਂ ਦੋਸਤੋ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਇਹ ਕੋਈ ਜਾਦੂਗਰ ਹੁੰਦਾ ਇੱਦਾਂ ਹੀ ਨਿਕਲਦੀ ਹੁੰਦੀ ਉਹਦੇ ਵਿੱਚ ਵੀ ਨਾ ਲਿਕੁਇਡ ਨਾਈਟ੍ਰੋਜਨ ਦੇ ਵਿੱਚੋਂ ਵੀ ਇੱਦਾਂ ਨਿਕਲਦੀ ਹੁੰਦੀ ਆ ਕਿਉਂ ਹਿਲਾ ਡਾਲਾ ਨਾ ਦੋਸਤੋ ਵਿੱਚੋਂ ਦੇਖੋ ਥੱਲੇ ਦਿਖਾ ਲਈ ਜੀਬੂ ਦੋਸਤੋ ਵਿੱਚੋਂ ਦੇਖੋ ਦੇਖੋ ਕਿੱਦਾਂ ਇਹ ਖੁਰ ਰਹੀ ਆ ਦੇਖੋ ਇਹਦਾ ਫੜਾ ਕੈਮਰਾ ਦੋਸਤੋ ਆਹ ਦੇਖੋ ਜੀ ਤੁਹਾਨੂੰ ਦਿਖਦਾ ਹੋਵੇ ਕਿੱਦਾਂ ਇਹਦੇ ਵਿੱਚੋਂ ਰਿਐਕਸ਼ਨ ਜੀ ਹੋਣ ਲੱਗੀ ਉਹ ਆ ਇੱਕ ਵੀ ਹੋਰ ਛੱਡੋ ਤੁਹਾਨੂੰ ਹੋਰ ਚੰਗੀ ਤਰ੍ਹਾਂ ਦੇਖ ਜੂ ਇੱਧਰਲੇ ਪਾਸੇ ਨੂੰ ਦੋਸਤੋ ਕੁਦਰਤ ਦੇ ਰੰਗ ਆ ਆਹ ਦੇਖੋ ਕਿਆ ਬਣਨ ਲੱਗ ਪਿਆ ਸਮੋਕ ਜਿਹਾ ਦੋਸਤੋ ਜਿੱਦਾਂ ਵਿਆਹਾਂ ਦੇ ਵਿੱਚ ਸਮੋਕ ਬਣਦੀ ਆ ਸਾਨੂੰ ਉਹ ਵੀ ਬਣਾ ਕੇ ਦਿਖਾਉਂਦੇ ਹਾਂ ਪ੍ਰੋਪਰ ਉਹੀ ਚੀਜ਼ ਦੇਖੋ ਜੇ ਨਾ ਅਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਕਿਸੇ ਬੋਤਲ ਦੇ ਵਿੱਚ ਪਾ ਕੇ ਆਹ ਰੱਖ ਦਈਏ ਉੱਪਰ ਡਿੱਟਾ ਲਾ ਦਈਏ ਤਾਂ ਬਲਾਸਟ ਹੁੰਦੀ ਦੇਖ ਲਓ ਇੰਨੀ ਇਹ ਪਾਵਰਫੁੱਲ ਚੀਜ਼ ਆ ਹੈਗੀ ਕਹਿਣ ਨੂੰ ਬਰਫ਼ ਹੀ ਆ ਪਰ ਇਹਦਾ ਟੈਂਪਰੇਚਰ ਇੰਨੇ ਤੱਕ ਠੰਡਾ ਆ ਅਤੇ ਸੁੱਖੇ ਅਗਲਾ ਦੋਸਤੋ ਆਹ ਪਾਣੀ ਡੋਲ ਤੁਹਾਨੂੰ ਗਰਮ ਪਾਣੀ 'ਚ ਪਾ ਕੇ ਦਿਖਾਉਣਾ ਗਰਮ ਪਾਣੀ ਨੇ ਜ਼ਿਆਦਾ ਰਿਐਕਟ ਕਰਦੀ ਹੈ ਇਹ
लो जी दोस्तों हुण इहदे विच गर्म पानी लगे पाण पा दे इत्थे आ गर्म पानी लगे पाण सुखे इहदे विच पा आ गर्म पानी दा रिएक्शन हुण इहदा देखियो इहदा इत्थे पाई इत्थे पाई इत्थां दोस्तों आ देखो ब्याहां दे विच इद्दी बणदा हुंदा स्मोक आ देखो बणदा ऐन ओही चीज इत्थे तक पिछे होना मड़ जी ਦੇਖੋ ਐਨ ਜਿੱਦਾਂ ਵਿਆਹਾਂ ਦੇ ਵਿੱਚ ਨਾ ਆਹ ਥੋੜ੍ਹਾ ਸਾਡੇ ਕੋਲ ਥੋੜ੍ਹੀ ਜਿਹੀ ਪਾਣੀ ਦੀ ਮਾਤਰਾ ਘੱਟ ਸੀ ਆਹ ਬਰਫ਼ ਹੋਰ ਪਾਣੀ ਜਿਹੜੀ ਪਈ ਆ ਦੋਤੋ ਜੇ ਆਪਾਂ ਕਮਰੇ 'ਚ ਰੱਖੀਏ ਨਾ ਕਮਰੇ ਦੇ ਵਿੱਚ ਐਨ ਧੂੰਆਂ ਧੂੰਆਂ ਕਰਦਾ ਕਮਰੇ 'ਚ ਰੱਖਦੇ ਇਹਨੂੰ ਸਾਡੇ ਕੋਲ ਭਾਂਡਾ ਛੋਟਾ ਸੀ ਜਿਹਦੇ ਵਿੱਚ ਅਸੀਂ ਪਾਣੀ ਗਰਮ ਕੀਤਾ ਨਹੀਂ ਤੁਹਾਨੂੰ ਐਨ ਮਾਹੌਲ ਕੈਮ ਕਰਕੇ ਦਿਖਾਉਂਦਾ ਦੋਸਤੋ ਇਹ ਆਪੋ ਸਾਡੀ ਕੁਦਰਤ ਦੀ ਚੀਜ਼ ਆ ਬਹੁਤ ਦੋਸਤ ਦੇਖਿਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੁਹਾਡੇ ਵਾਸਤੇ ਮਿਹਨਤ ਲੱਗੇ ਸਾਰੀ ਗੱਲ ਹੁਣ ਸਾਨੂੰ ਹੁਣ ਇਹਨੂੰ ਬਾਹਰ ਲੈ ਜਾਂਦੇ ਹਾਂ ਉਹ ਤੋਂ ਬਾਅਦ ਸਾਡੇ ਕੋਲ ਬਾਰ ਬਾਰ ਬਚ ਗਈ ਸੀ ਜਿਹੜੀ ਆ ਡਰਾਈ ਆਈਸ ਮੰਗਾਈ ਸੀ ਅਤੇ ਹੁਣ ਸਾਡੇ ਕੋਲ ਤੁਹਾਨੂੰ ਪਤਾ ਸਟੂਡੀਓ ਪਾਣੀ ਵੀ ਘੱਟ ਸੀ ਅਤੇ ਆਪਾਂ ਘਰ ਆ ਗਏ ਹਾਂ ਹੁਣ ਘਰ ਆ ਪਾਣੀ ਜ਼ਿਆਦਾ ਗਰਮ ਕਰ ਲਿਆ ਆਪਾਂ ਹੁਣ ਇਹ 'ਚ ਪਾਉਂਦੇ ਹਾਂ ਬਰਫ਼ ਇੱਕ ਪਲੇਟ ਜੀ ਲਿਆ ਵਿੱਚ ਨਾਲ ਪਾਉਣ ਨੂੰ ਇੱਥੇ ਦੇਖਿਓ ਦੋਸਤੋ ਇਹ ਨੇ ਦੋਸਤੋ ਸਮੋਕ ਕਰਨੀ ਹਲੋ ਜੀ ਆਹ ਪਾਉਣੇ ਆ ਦੇਖੀ ਧਿਆਨ ਨਾਲ ਛਿੱਟੇ ਨਾ ਬਜਣ ਇੱਥੇ ਕਰਨੀ ਨਾ ਸਮੋਕ ਯਾਰ ਪੂਰੀ ਇੱਥੇ ਬਣਾਤੇ ਬੁੱਧ ਉਹ ਬੰਦ ਕਰਦੇ ਏਸੀ ਕਰੀ ਬੰਦ ਏਸੀ ਬੰਦ ਕਰ ਲੈ ਪਟਾਕੇ ਨਾ ਫਿਰ ਮੈਂ ਅੱਜ ਭੈਣ ਨੂੰ ਤੁਸੀਂ ਮੈਂ ਬੰਦ ਨਾ मुझे कुछ दिखाई नहीं दे रहा वहां टॉमी उड़िया टॉमी उड़िया उड़िया टॉमी उड़िया आ किया आ की हुंदा तेरी ताक मैं पौनी हूं जिथे मर्जी आया वेखना है ते कले नू कला तेरी देखो सारा भर गया हाँ देखो इधर सारे बदल 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 जा रहे बहुत सोहना व्यू बनया ठंड जी नहीं हुई यार हाँ तो झगता हुई ठंड जी नहीं हुई क्योंकि कार्बन डाइऑक्साइड है ना नाले तुम अखी देख सकते जी कार्बन डाइऑक्साइड गैस होंगी वह आया तीन ही पार जानी ढकती भरावा तू रह दे तू रह दे ना कर घूम सकते पानी पा के पी सकते पर चीज है नहीं है ड्राई आइस सुकी बर्फ है दवाइयां दवुइयां स्टोर करने ज्यादा काम आती है जिदा टीके टूके वगैरह ना चलो जी करते हैं अज की वीडियो इतने एंड वीडियो वधिया लगी वीडियो लाइक शेयर कमेंट जरूर कर दियो चैनल तो नवे चैनल सब्सक्राइब जरूर कर दियो।